ਫਰੌਦ ਨੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ ਵੈਲਕਮ ਹੈ ਜੀ ਸਟੂਡੈਂਟਸ ਸਾਰਿਆਂ ਦਾ ਅੱਜ ਦਾ ਟੌਪਿਕ ਬਹੁਤ ਇੰਪੋਰਟੈਂਟ ਹੈ ਕੈਨੇਡਾ ਜਿਨ੍ਹਾਂ ਨੇ ਰੀ ਅਪਲਾਈ ਕਰਨਾ ਹੈ ਜਾਂ ਜਿਨ੍ਹਾਂ ਨੇ ਜਨੂਰੀਨ ਟੇਕ ਵਾਸਤੇ ਪਹਿਲੀ ਵਾਰ ਅਪਲਾਈ ਕਰਨਾ ਹੈ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੋ ਪ੍ਰੈਜ਼ੈਂਟ ਸਿਨੈਰੀਓ ਨੂੰ ਧਿਆਨ ਚ ਰੱਖਦੇ ਹੋਏ ਜੂਨ ਚ ਜਿਸ ਤਰੀਕੇ ਦਾ ਰਿਜ਼ਲਟ ਦਾ ਟ੍ਰੈਂਡ ਦੇਖਣ ਨੂੰ ਮਿਲਿਆ ਉਹਨੂੰ ਦੇਖਦੇ ਹੋਏ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਫਾਈਲ ਤੇ ਬਹੁਤ ਧਿਆਨ ਨਾਲ ਵਰਕ ਕੀਤਾ ਜਾਵੇ ਸੋ ਸ਼ੋ ਨੂੰ ਅੰਤ ਤੱਕ ਜ਼ਰੂਰ ਦੇਖੋ ਜਿਹੜੇ ਵੀ ਟਿਪਸ ਤੇ ਇਨਫੋਰਮੇਸ਼ਨ ਤੁਹਾਨੂੰ ਸ਼ੋ 'ਚ ਮਿਲੂਗੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਆਪਣੀ ਫਾਈਲ ਤੇ ਅਪਲਾਈ ਕਰਨ ਦੀ ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਅੱਜ ਦੇ ਸਾਡੇ ਗੈਸਟ ਬਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕਵਰ ਹੋਣਾ ਦਾ ਕਵਰ ਸਾਹਿਬ ਥੈਂਕ ਯੂ ਦੀਪਕ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੂਨ ਦੇ ਰਿਜ਼ਲਟ ਬਹੁਤ ਜ਼ਿਆਦਾ ਪ੍ਰੋਮਿਸਿੰਗ ਨਹੀਂ ਰਹੇ ਉਹਨੂੰ ਦੇਖ ਕੇ ਹੁਣ ਜਨਵਰੀ ਵਾਲਿਆਂ ਨੂੰ ਕੀ ਸਲਾਹ ਦੇਖੋ ਜਿੰਨੇ ਵੀ ਬੱਚੇ ਆ ਜਿਹੜੇ ਸਪਟੈਂਬਰ ਇਨਟੇਕ ਲਈ ਫਾਈਲਸ ਲਾ ਚੁੱਕੇ ਸੀ ਪਿਛਲੇ ਦਿਨਾਂ ਜਿਸ ਤਰ੍ਹਾਂ ਦੇ ਰਿਜ਼ਲਟ ਆਏ ਔਰ ਜਿਹੜੇ ਨਵੇਂ ਬੱਚੇ ਆ ਜਿਨ੍ਹਾਂ ਨੇ ਫਾਈਲ ਲਾਉਣ ਜਾਣਾ ਚਾਰ ਪੰਜ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਅਗਰ ਤੁਸੀਂ ਕੈਨੇਡਾ ਦਾ ਵੀਜ਼ਾ ਸਕਸੈਸਫੁਲੀ ਅਪਰਵੂਅਰ ਕਰਨਾ ਚਾਹੁੰਦੇ ਆ ਇਹ ਗੱਲ ਮੈਂ ਉਦੋਂ ਕਹਿ ਰਿਹਾ ਜਦੋਂ ਬਰੋਡਵੇ ਆਪਣਾ ਸਕਸੈਸ ਰੇਟ ਮੇਨਟੇਨ ਕਰਕੇ ਚੱਲ ਰਿਹਾ ਹੈ 100% ਰੀਜ਼ਨ ਕੁਝ ਪਾਲਿਸੀਜ਼ ਆ ਸਟ੍ਰਿਕਟ ਹੋ ਸਕਦਾ ਸਾਡੇ ਬਹੁਤ ਸਾਰੇ ਕਲਾਇੰਟ ਨਰਾਜ਼ ਹੋਏ ਹੋਣ ਜਿਨ੍ਹਾਂ ਦੇ ਅਸੀਂ ਕੇਸ ਨਹੀਂ ਲਏ ਔਰ ਹੋ ਸਕਦਾ ਉਹਨਾਂ ਚੋਂ ਕਿਸੇ ਦਾ ਵੀਜ਼ਾ ਵੀ ਆਇਆ ਹੋਵੇ ਬਟ ਸਾਨੂੰ ਉਹਦੇ ਚ ਪ੍ਰੋਬੈਬਿਲਟੀ ਨਹੀਂ ਸੀ ਹੁਣ ਵੀਜ਼ਾ ਜਿਹੜਾ ਅੱਜ ਦੀ ਡੇਟਸ ਆ ਰਿਹਾ ਹੈ ਕੈਨੇਡਾ ਚ ਉਹ ਕਿੱਦਾਂ ਦੇ ਪ੍ਰੋਫਾਈਲਸ ਤੇ ਆ ਰਿਹਾ ਤੁਹਾਨੂੰ ਸਮਝਣ ਦੀ ਲੋੜ ਹੈ ਕੈਨੇਡਾ ਦੇ ਵਿੱਚ ਆਇਸ ਇੱਕ ਚੀਜ਼ ਹੋ ਗਈ ਉਹਦੀ ਜਗ੍ਹਾ ਹੁਣ ਪੀਟੀ ਚ ਵੀ ਰਿਲੈਕਸੇਸ਼ਨ ਦਿਖਣ ਲੱਗ ਗਿਆ 56 54 ਪੀਟੀ ਦੇ ਉੱਤੇ ਵੀ ਕੈਨੇਡਾ ਦਾ ਰਿਜ਼ਲਟ ਦਿਖਣ ਲੱਗ ਗਿਆ ਬਟ ਕੈਨੇਡਾ ਇੱਕ ਚੀਜ਼ ਤੇ ਬਿਲਕੁਲ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਹੈਗਾ ਉਹ ਹੈਗੀ ਹੈ ਤੁਹਾਡੇ ਅਕੈਡੈਮਿਕ ਦੀ ਮਤਲਬ ਤੁਹਾਡੇ ਅਕੈਡੈਮਿਕ ਦੇ ਨੰਬਰ ਤੁਹਾਡੀਆਂ ਬੈਕਲੌਗਸ ਤੁਹਾਡਾ ਡਿਗਰੀ ਦਾ ਐਕਸਟੈਂਡਡ ਹੋਣਾ ਤੁਹਾਡਾ ਜ਼ਿਆਦਾ ਗੈਪ ਹੋਣਾ ਇਹ ਚੀਜ਼ਾਂ ਤੁਹਾਨੂੰ ਇੱਕ ਚੈਲੰਜ ਕ੍ਰੀਏਟ ਕਰਦੀਆਂ ਨੇ ਵੀਜ਼ਾ ਉਾਂਚ। ਤੋਂ ਸਭ ਤੋਂ ਪਹਿਲਾਂ ਤੇ ਆਪਣੇ ਪ੍ਰੋਫਾਈਲ ਦੇ ਵਿੱਚ ਇਸ ਚੀਜ਼ ਨੂੰ ਸਮਝੋ ਤੇ ਉਹਦੇ ਅਕੋਰਡਿੰਗ ਆਪਣੀ ਫਾਈਲ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਬਹੁਤਾ ਜਿਹੜਾ ਰਿਫਿਊਜ਼ਲ ਹੈ ਉਹਨਾਂ ਚਾਹੀ ਲਿਖਿਆ ਥੈਟ ਯੂ ਵਿਲ ਨਾਟ ਲੀਵ ਕੈਨੇਡਾ ਐਟ ਅੰਡ ਆਫ ਯਰ ਸਟਡੀ। ਸੋ ਆ ਚੀਜ਼ ਤੁਹਾਨੂੰ ਖੁਦ ਆਪਣੇ ਪ੍ਰੋਫਾਈਲ ਨੂੰ ਚੈੱਕ ਕਰਕੇ ਲੱਭਣੀ ਪਊਗੀ ਕਿ ਬਈ ਮੇਰੇ ਪ੍ਰੋਫਾਈਲ ਚ ਕਮੀ ਕੀ ਹੈ। ਦੂਸਰਾ ਐਸਪੈਕਟ ਆ ਤੁਹਾਡਾ ਇਨਕਮ ਬਹੁਤ ਸਾਰੇ ਕਲਾਇੰਟ ਇਦਾਂ ਦੇ ਹੈਗੇ ਨੇ ਜਿਹੜੇ ਇੱਕ ਹੀ ਰਿਟਰਨ ਫਾਈਲ ਕਰਦੇ ਨੇ 4-4.5 ਲੱਖ ਦੀ ਉਹ ਰੋਹੀ ਦਿਖਾ ਦਿੰਦੇ ਆ ਸੋ ਕੈਨੇਡਾ ਦੇ ਵਿੱਚ ਫੈਮਿਲੀ ਇਨਕਮ 8 ਤੋਂ 9 10 ਲੱਖ ਦੀ ਜ਼ਰੂਰ ਦਿਖਾਓ ਕਿੱਦਾਂ ਦਿਖਾਈ ਜਾਣੀ ਹੈ ਆਪਣੇ ਕੰਸਲਟੈਂਟ ਦੀ ਐਡਵਾਈਸ ਲਓ ਬ੍ਰਾਡਵੇ ਜ ਅਸੀਂ ਪੂਰਾ ਗਾਈਡ ਕਰਦੇ ਆ ਚੀਜ਼ਾਂ ਪੋਸੀਬਲ ਨੇ ਸੋ ਕੀ ਐਸਡੀਐਸ ਨੂੰ ਵੀ ਦਿਖਾਣੀ ਚਾਹੀਦੀ ਹਰ ਇੱਕ ਨੂੰ ਐਸਡੀਐਸ ਨੋਨ ਐਸਡੀਐਸ 1 ਸਾਲ ਦਾ ਕੋਰਸ ਹੈ 2 ਸਾਲ ਦਾ ਕੋਰਸ ਹੈ 3 ਸਾਲ ਦੀ ਡਿਗਰੀ ਹੈ ਕੋਈ ਫਰਕ ਨਹੀਂ ਆ ਚੀਜ਼ ਸਾਰੇ ਦੇਖੋ ਉਸ ਤੋਂ ਇਲਾਵਾ ਫੰਡ ਫੰਡ ਜਿਹੜਾ ਬੱਚਾ 1 ਸਾਲ ਦੇ ਕੋਰਸ ਦੀ ਜਾ ਰਿਹਾ ਉਹ ਕਿਤੇ ਨ ਕਿਤੇ ਅਵਾਇਡ ਵੀ ਕਰ ਸਕਦਾ ਕਿਉਂਕਿ ਉਹਨੇ ਐਸਓਪੀ ਚ ਸਟਰੋਂਗਲੀ ਦੱਸ ਦੇਣਾ ਮੈਂ ਫੀਸ ਵੀ ਦੇਤੀ 1 ਇਅਰ ਦੀ ਜੀਆਈਸੀ ਕਰਤਾ ਫੈਮਿਲੀ ਇਨਕਮ ਹੈਗੀ ਆ ਬਟ ਜਿਹੜੇ 2 ਸਾਲ ਉਸ ਤੋਂ ਵੱਧ ਵਾਲੇ ਬੱਚੇ ਨੇ ਉਹਨਾਂ ਨੂੰ ਆਪਣੇ ਐਡੀਸ਼ਨਲ ਫੰਡ ਜ਼ਰੂਰ ਦਿਖਾਉਣੇ ਚਾਹੀਦੇ ਇਟ ਇਜ਼ ਵੈਰੀ ਇੰਪੋਰਟੈਂਟ ਕਿ ਆਪਣੇ 2nd ਇਅਰ ਦੀ ਜਸਟੀਫਿਕੇਸ਼ਨ ਜ਼ਰੂਰ ਲੈ ਕੇ ਚੱਲੋ 3rd ਇੰਪੋਰਟੈਂਟ ਚੀਜ਼ ਤੁਹਾਡਾ ਕোর্স ਸਿਲੈਕਸ਼ਨ ਉਹ ਬਹੁਤ ਬਹੁਤ ਇੰਪੋਰਟੈਂਟ ਹੈ ਸੋ ਕੋਰਸ ਸਿਰਫ ਰੈਲੇਵੈਂਟ ਹੋਣਾ ਨਹੀਂ ਚਾਹੀਦਾ ਉਹਦੇ ਚ ਪ੍ਰੋਗਰੈਸ਼ਨ ਹੋਣਾ ਜ਼ਰੂਰੀ ਹੈ ਪ੍ਰੋਗਰੈਸ਼ਨ ਕਿੱਦਾਂ ਫਾਈਂਡ ਆਊਟ ਕਰਦੇ ਹਾਂ ਕਿੱਦਾਂ ਉਹਨੂੰ ਐਕਸਪਲੇਨ ਕਰਦੇ ਹਾਂ ਥੈਟ ਇਜ਼ ਯੋਰ ਅੰਡਰਸਟੈਂਡਿੰਗ ਜਾਂ ਤੁਹਾਡਾ ਅਗਰ ਅੱਛਾ ਕੰਸਲਟੈਂਟ ਹੈ ਤੇ ਉਹਦੀ ਅੰਡਰਸਟੈਂਡਿੰਗ ਦੇ ਨਾਲ ਬਟ ਜੇ ਤੁਹਾਡਾ ਕੰਸਲਟੈਂਟ ਤੁਹਾਨੂੰ ਪ੍ਰੋਗਰੈਸ਼ਨ ਨਹੀਂ ਸਮਝਾ پا ਰਿਹਾ ਤੇ ਫਿਰ ਉਹਦੇ ਕੋਲੋਂ ਫਾਈਲ ਨਾ ਲਾਓ ਕਿਉਂਕਿ ਬਿਨਾ ਪ੍ਰੋਗਰੈਸ਼ਨ ਦੇ ਤੋਸੀਰ ਵੀਜ਼ੇ 'ਚ ਆਪਣੇ ਆਪ ਨੂੰ ਨਹੀਂ ਬਦਲ ਸਕਦੇ ਕੈਨੇਡਾ ਇਸ ਚੀਜ਼ ਨੂੰ ਬਹੁਤ ਡ੍ਰੀਕੀ ਨਾਲ ਦੇਖਦਾ ਸੋ ਆਹ ਚੀਜ਼ਾਂ ਦਾ ਸਾਰੇ ਉਹ ਬੱਚੇ ਧਿਆਨ ਰੱਖਣ ਜਿਹੜੇ ਪ੍ਰੀ ਅਪਲਾਈ ਕਰਨ ਵੀ ਜਾ ਰਹੇ ਨੇ ਜਾਂ ਜਿਹੜੇ ਨਵੇਂ ਵੀ ਆਪਣੀਆਂ ਫਾਈਲਸ ਲਾਉਣ ਠੀਕ ਸੋ ਪੀਟੀ ਵਾਲਿਆਂ ਦਾ ਕਿੰਨਾ ਚਾਂਸ ਰਹੂਗਾ ਪੀਟੀ ਦਾ ਮੈਂ ਆਲਰੇਡੀ ਦੱਸਤਾ ਜੀ ਪੀਟੀ ਦੇ ਉੱਤੇ ਤਾਂ ਅੱਛੇ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲ ਗਿਆ ਸੋ ਤੁਹਾਡਾ ਓਵਰਆਲ 56 ਜਾਂ ਉਸ ਤੋਂ ਉੱਪਰ ਦਾ ਸਕੋਰ ਹੈ ਔਰ ਈਚ ਮੋਡਿਊਲ 54 ਤੱਕ ਵੀ ਤੁਹਾਡਾ ਸਕੋਰ ਹੈ ਤੇ ਪੋਜ਼ਿਟਿਵ ਸਾਈਡ ਤੇ ਰਿਜ਼ਲਟ ਆ ਰਹੇ ਨੇ ਜਿਹੜੇ ਬੱਚਿਆਂ ਦਾ ਆਇਲਟ 6 ਈਚ ਨਹੀਂ ਬਣ ਪਾ ਰਿਆ ਉਹ ਕਿਤੇ ਨਾ ਕਿਤੇ ਪੀਟੀ ਨੂੰ ਪ੍ਰੇਫਰ ਕਰ ਸਕਦਾ ਹੈ ਸੋ ਬ੍ਰਾਡਵੇ ਚ ਅਪਲਾਈ ਕਰਨ ਲਈ ਕੀ ਪ੍ਰੋਸੈਸ ਰਹੂਗਾ ਜੀ ਸਿੰਪਲ ਹੈ ਜੀ ਬ੍ਰਾਡਵੇ ਦੇ ਆਫਿਸਿਸ ਨਾਰਥ ਇੰਡੀਆ ਚ ਕਾਫੀ ਜਗ੍ਹਾ ਨੇ ਜੰਮੂ ਪੰਜਾਬ ਹਰਿਆਣਾ ਹੁਣ ਅਗਲੇ ਮਹੀਨੇ ਸਾਡਾ ਦਿੱਲੀ ਵੀ ਆਫਿਸ ਸਟਾਰਟ ਹੋ ਰਿਹਾ ਸੋ ਇਹਨਾਂ ਚ ਤੁਸੀਂ ਫਿਜ਼ੀਕਲ ਮਿਲ ਸਕਦੇ ਹੋ ਨਹੀਂ ਤੇ ਸਾਡੀ ਇੱਕ ਸਪੈਸ਼ਲ ਆਨਲਾਈਨ ਟੀਮ ਹੈ ਅਗਰ ਤੁਸੀਂ ਦੂਰ ਤੋਂ ਹੋ ਤਾਂ ਤੁਸੀਂ ਆਨਲਾਈਨ ਟੀਮ ਦੇ ਨਾਲ ਕੰਟੈਕਟ ਕਰਕੇ ਆਪਣੀ ਐਪਲੀਕੇਸ਼ਨ ਚਲਾ ਸਕਦੇ ਸੋ ਸਟੂਡੈਂਟਸ ਕੈਨੇਡਾ ਜਨੂਅਰੀ ਇਨਟੇਕ ਤੇ ਸਪੈਸ਼ਲ ਫੋਕਸ ਰਹੇਗਾ ਲੇਟੈਸਟ ਅਪਡੇਟਸ ਟਿਪਸ ਲਗਾਤਾਰ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈ ਫਰਦ ਨੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ